ਤੁਹਾਡੇ ਵਰਗਾ ਕੋਚ ਮਿਲਿਆ ਸਾਨੂੰ, ਸਭ ਤੋਂ ਵੱਡੀ ਗੱਲ ਤਾਂ ਹੋਈ ਹੈ। ਸ਼ੁਕਰੀਆ, ਠੀਕ ਹੈ ਜੀ। ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਜੀ ਨਵੇਂ ਬਲੌਗ ਦੇ ਵਿੱਚ। ਇੱਧਰ ਪ੍ਰਿੰਸ ਹੋਣੀ ਪਹੁੰਚੇ ਹੋਏ ਆ ਮੋਗੇ ਤੋਂ। ਹੋਰ ਮੁੰਡਿਆ ਕਾਇਮ ਆ? ਠੀਕ ਹੈ, ਵਧੀਆ। ਤੇ ਘੋੜ ਸਵਾਰੀ ਸਿੱਖਣੀ ਆ ਪੂਰੀ? ਫਿਰ ਸਿੱਖਾਂਗੇ। ਮੁੰਡੇ ਨੇ ਘੋੜ ਸਵਾਰੀ ਸਿੱਖਣੀ ਆ ਜੀ ਪੂਰੀ, ਬਾਕੀ ਹੌਲੀ ਹੌਲੀ ਆਪਾਂ ਸਾਰੇ ਟ੍ਰੇਨ ਕਰ ਦਾਂਗੇ। ਤੇ ਇੱਧਰ ਘੋੜੀਆਂ ਆਪਾਂ ਨੇ ਟਰਾਲੀ ਦੇ ਵਿੱਚ ਚਾੜ ਲਈਆਂ, ਠੀਕ ਆ। ਸਕੂਲ ਦੇ ਵਿੱਚ ਚੱਲਦੇ ਆ ਤੇ ਬੱਚੇ ਨੂੰ ਹਾਰਸ ਰਾਈਡਿੰਗ ਕਰਾਵਾਂਗੇ। ਅੱਜ ਸਕੂਲ ਦੇ ਵਿੱਚ ਫੰਕਸ਼ਨ ਵੀ ਆ, ਜਾ ਕੇ ਦੱਸ ਦੇ ਵੀ ਕੀ ਫੰਕਸ਼ਨ ਹੈ। ਕਾਲੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ, ਇਹ ਲਾਉਣਾ ਜ਼ਰੂਰੀ ਹੈ ਜੀ ਮਿੱਤਰੋ। ਪਹੁੰਚ ਗਏ ਮਿੱਤਰੋ ਆਪਾਂ ਸਕੂਲ SRS ਤੇ ਐਂਟਰੀ ਲੱਗਿਆ ਕਰਨ। ਸਕੂਲ ਦੀ ਤੁਸੀਂ ਲੋਕੇਸ਼ਨ ਦੇਖੋ, ਬਹੁਤ ਸੋਹਣੀ ਬਣਾਈ ਹੋਈ ਹੈ ਜੀ। ਬਾਕੀ ਕੁਦਰਤ ਨਾਲ ਪਿਆਰ ਹੈ ਇਹਨਾਂ ਨੂੰ। ਹਰੇ ਬਾਈ ਤੁਹਾਨੂੰ ਚਾਰੇ ਪਾਸੇ ਦੇਖਣ ਨੂੰ ਮਿਲੂਗੀ, ਫੁੱਲ ਬੂਟੇ। ਅਤੇ ਲਓ ਜੀ ਬਾਬਾ ਜੀ, ਖੋਲ੍ਹ ਦਿਓ ਗੇਟ ਕਰਾਂ। ਨਹੀਂ ਮਿੱਤਰੋ, ਜਿੱਧਰ ਨੂੰ ਵੀ ਜਾਵਾਂਗੇ ਤੁਹਾਨੂੰ ਹਰੇ ਬਾਈ ਦੇਖਣ ਨੂੰ ਮਿਲੂਗੀ। ਅਤੇ ਬਾਕੀ ਇੱਧਰ ਦੇਖੋ ਤੁਸੀਂ ਲੋਕੇਸ਼ਨ ਕਿੰਨੀ ਘੈਂਟ ਬਣੀ ਹੋਈ ਹੈ। ਲਓ ਆਪਾਂ ਉਰੇ ਲਾਉਣੇ ਆ ਟਰਾਲੀ ਬੈਕ। ਪਹਿਲਾਂ ਤਾਂ ਮਿੱਤਰੋ ਤੁਹਾਨੂੰ ਪਤਾ ਵੀ ਆਪਾਂ ਨੇ ਸਟੈਂਡ ਬਣਾਇਆ ਹੋਇਆ ਸੀਗਾ, ਅਕਸਰ ਆਪਾਂ ਵੀਡੀਓ ਪਾਉਂਦੇ ਹੁੰਦੇ ਸੀਗੇ। ਸਟੈਂਡ ਇਹਨੇ ਮੁੰਡੇ ਨੇ ਚੜ ਗਿਆ ਹੈ ਨਾ, ਘੋੜੀ ਕਰਕੇ ਤਾਂ ਟੁੱਟਿਆ ਨਹੀਂ ਇਹਨੇ, ਪਤਾ ਨਹੀਂ ਕਿਵੇਂ ਛਾਲ ਜੀ ਮਾਰੀ ਪੁੱਠਿਆ ਹੋ ਕੇ ਇਹਨੇ ਸਟੈਂਡ ਆਪਣਾ ਕਰਤਾ ਬਿੰਗਾ। ਸੋ ਅੱਜ ਅਸੀਂ ਸਟੈਂਡ ਨਹੀਂ ਲੈ ਕੇ ਆਏ ਅਤੇ ਰੈਂਪ ਨੂੰ ਆਪਾਂ ਸੈੱਟ ਕਰਵਾ ਲਾਂਗੇ। ਕਿਉਂ ਪ੍ਰਿੰਸ ਆਉਂਦਾ ਨਹੀਂ ਯਾਰ? ਆ ਜਾ ਗਿਰਾ, ਪਿੱਛੇ ਕਰ ਬਾਈ, ਕਿਆ ਪਿੱਛੇ ਕਰ ਬਾਈ ਜੀ, ਇੱਧਰ ਲਿਆਓ। ਬਾਕੀ ਸਕੂਲ 'ਚ ਵੀ ਪੂਰੀਆਂ ਤਿਆਰੀਆਂ ਬਿਆਰੀਆਂ ਚੱਲੀ ਜਾਂਦੀਆਂ ਮਿੱਤਰੋ। ਚੈੱਕ ਕਰੋ ਤੁਸੀਂ, ਝੰਡੇ ਚਾਰੇ ਪਾਸੇ ਰਹਿ ਲਾਉਂਦੇ ਦਿਖ ਰਹੇ ਨੇ। ਸਵਰਾਜ ਫਿਰਦਾ ਬੁੱਕ ਦਾ ਗਰਾਊਂਡ ਦੇ ਵਿੱਚ। ਅਤੇ ਬਾਕੀ ਸਾਰੇ ਸਟੂਡੈਂਟ ਬੇਸਬਰੀਆਂ ਇੰਤਜ਼ਾਰ ਕਰ ਰਹੇ ਨੇ, ਅੱਜ ਆ ਜੀ 15 ਅਗਸਤ, ਝੰਡਾ ਲਹਿਰਾਉਣਾ ਇਹਨਾਂ ਨੇ, ਹੈ ਨਾ। ਅਤੇ ਉੱਧਰ ਮਿੱਤਰੋ ਆਪਣੀ ਆਈ ਨਹੀਂ ਸੀ ਟਰਾਲੀ ਲੋਟ, ਐਵੇਂ ਘੋੜੀਆਂ ਸੱਟ ਸੁੱਟ ਖਾ ਲੈਂਦੀਆਂ। ਅਤੇ ਗਰਾਊਂਡ ਦੇ ਵਿੱਚ ਪੂਰੀਆਂ ਲੱਗੀਆਂ ਰੌਣਕਾਂ। ਕੀ ਹਾਲ ਹੈ ਵੀਰ ਜੀ? ਹੋਰ ਠੀਕ ਹੋ? ਸਤਿ ਸ਼੍ਰੀ ਅਕਾਲ ਬਾਈ। ਅਤੇ ਇੱਥੇ ਲਾਉਣੇ ਆਪਾਂ ਟਰਾਲੀ, ਉੱਦਣ ਵੀ ਇੱਥੇ ਲਾਈ ਸੀਗੀ। ਇੱਥੋਂ ਸਹੀ ਆ, ਇੱਥੋਂ ਪੂਰੀ ਘੈਂਟ ਲੱਗੇ ਨੇ। ਚੱਲ 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 ਜੀ, ਹੁਣ ਆਪਾਂ ਕਰਦੇ ਹਾਂ ਘੋੜਿਆਂ ਦੀ ਮਾਲਚ। ਮਿੱਤਰੋ ਆ ਜਾਓ, ਸਕੂਲ ਫਰਟਰਨਿਟੀ ਐਂਡ ਦ ਸਟੂਡੈਂਟਸ ਔਨ ਦ 78th ਇੰਡੀਪੈਂਡੈਂਸ ਡੇ, ਦੈਟ ਇਜ਼ 15th ਅਗਸਤ 2024। ਤੇਜ਼ ਤੁਮੀ
ਜੀ ਅੱਜ ਪਾਵਨ ਆਪਾਂ ਹੋਰ ਵੀ ਰੌਣਕਾਂ ਲਾ ਦਿੰਦੇ। ਤੁਹਾਨੂੰ ਪਤਾ ਵੀ ਪਾਵਨ ਦੇ 15-20 ਦਿਨ ਸੌਣ ਦੇ ਵਿੱਚ ਰਹਿ ਗਏ ਨੇ, ਅਤੇ ਅੱਜ ਸਾਡੇ ਪ੍ਰਿੰਸ ਨੇ ਬਲੌਗ ਸ਼ੂਟ ਕਰਿਆ ਸਾਰਾ, ਹੈ ਵਧੀਆ ਕਲਿੱਪਾਂ ਲਈਆਂ ਨੇ, ਘਾਟ ਤਾਂ ਨਹੀਂ ਛੱਡੀ ਕੋਈ, ਨਹੀਂ ਨਹੀਂ ਠੀਕ ਹੈ ਨਾ। ਤੂੰ ਕਦੋਂ ਬੈਠੀਂਗੇ ਫਿਰ ਘੋੜੀ 'ਤੇ? ਬੈਠਦੇ ਹਾਂ। ਇਹ ਸਾਰੇ ਰਾਈਡਿੰਗ ਵਾਲੇ ਬੱਚੇ, ਅੱਜ ਰਾਈਡਿੰਗ ਕਰੋਗੇ? ਰਾਈਡਿੰਗ ਦਾ ਨਾਂ ਸੁਣ ਕੇ ਤਾਂ ਪੂਰੇ ਖੁਸ਼ ਹੋ ਜਾਂਦੇ ਆ। ਇਹਦੇ ਕਾਠੀ ਕੋਠੀ ਢਿੱਲੀ ਹੋ ਗਈ ਸੀਗੀ, ਅਤੇ ਦੁਬਾਰੋਂ ਆਪਾਂ ਇਹਦੇ ਸਾਰਾ ਕੁਛ ਖੋਲ੍ਹ ਕੇ ਬੰਨਦੇ ਹਾਂ। ਆਹ ਕੰਨਾਂ ਵਾਲੇ ਖੋਲ੍ਹ ਦਿਓ ਵੀਰੇ, ਇਹਦੇ ਟੋਪਸ ਕਾਂਟੇ ਇਹਦੇ, ਅਤੇ ਪਿੱਛੇ ਨਾ ਬਾਈ ਕੋਈ ਹੋਇਓ, ਠੀਕ ਹੈ ਨਾ। ਬਰਾਊਨੀ ਅੱਜ ਲੈ ਕੇ ਨਹੀਂ ਆਏ, ਬਰਾਊਨੀ ਆਪਾਂ ਅਗਲੇ ਉਹਨੂੰ ਲੈ ਆਵਾਂਗੇ, ਠੀਕ ਆ, ਕੱਲ੍ਹ ਕੱਲ੍ਹ ਨੂੰ ਲੈ ਆਵਾਂਗੇ। ਆ ਪੱਟੀਆਂ ਵਗੈਰਾ ਸਾਰੀਆਂ ਹੁਣ ਘੋੜੀ ਦੇ ਖੋਲ੍ਹ ਕੇ ਜੀ ਬੱਚਿਆਂ ਨੂੰ ਕਰਾਉਂਦੇ ਹਾਂ ਰਾਈਡਿੰਗ। ਬਾਕੀ ਮਿੱਤਰੋ, ਆਪਣਾ ਪਿੰਡ ਆ ਪਹਾੜਪੁਰ, ਜ਼ਿਲ੍ਹਾ ਪਟਿਆਲਾ, ਆਪਾਂ ਨੇ ਪਿੰਡ ਵੀ ਹੈ ਨਾ ਹੋਰਸ ਰਾਈਡਿੰਗ ਕਲੱਬ ਖੋਲ੍ਹ ਲਿਆ। ਸੋ ਜਿਹੜੇ ਮੇਰੇ ਨੇੜੇ ਤੇੜੇ ਪਿੰਡ ਆ ਸਮਾਣੇ ਦੇ, ਪਟਿਆਲੇ ਦੇ, ਆਪਣੇ ਕੋਲ ਆ ਕੇ ਰਾਈਡਿੰਗ ਕਰਨਾ ਚਾਹੁੰਦੇ ਨੇ, ਆਪਣਾ ਨੰਬਰ ਮਿੱਤਰੋ ਸਕਰੀਨ 'ਤੇ ਚੱਲਦਾ, ਬਾਕੀ ਇੰਸਟਾਗ੍ਰਾਮ ਦੀ ਆਈ ਡੀ ਤੁਹਾਨੂੰ ਪਤੀ ਆ, ਦਵਿੰਦਰ ਨਿਰਮਾਣ, ਬਾਇਓ ਦੇ ਵਿੱਚ ਵੀ ਨੰਬਰ ਦਿੱਤਾ। ਸੋ ਆਪਾਂ ਜਿਹੜੀਆਂ ਉਰੇ ਡੇਲੀ ਵੀਡੀਓ ਪਾਉਣੇ ਹੁੰਦੇ ਹਾਂ, ਉਰੇ ਸਕੂਲਾਂ ਦੇ ਵਿੱਚ ਬਣਾਉਣੇ ਆ, ਉਹ ਵੀ ਆਪਾਂ ਪੋਸਟ ਕਰਦੇ ਰਹਿੰਦੇ ਹੁੰਦੇ ਹਾਂ। ਅਤੇ ਇੱਧਰ ਜਸਕਰਨ ਲੈਂਦਾ ਪੈਰੀ 'ਤੇ ਨਜ਼ਾਰੇ, ਪੈਰੀ ਡਰਦੀ ਆ ਨਾ ਥੋੜ੍ਹਾ ਜਿਹਾ, ਹਜੇ ਨਵੀਂ ਕਰਕੇ ਨਾ ਥੋੜ੍ਹਾ ਜਿਹਾ ਹਜੇ ਡਰਦੀ ਆ ਘੋੜੀ। ਦੇਖੋ ਤੁਸੀਂ ਛੋਟੇ ਛੋਟੇ ਬੱਚਿਆਂ ਨੂੰ ਕਿੰਨਾ ਸ਼ੌਂਕ ਆ ਜੀ। ਕਿਹੜੀ ਕਲਾਸ 'ਚ ਹੋ ਤੁਸੀਂ? ਹੁਣ ਪਹਿਲਾਂ ਤਾਂ ਬਹੁਤ ਡਰ ਲੱਗਦਾ ਸੀ ਘੋੜੀ ਤੋਂ, ਹੈ ਨਾ, ਹੁਣ ਤਾਂ ਨਹੀਂ ਲੱਗਦਾ? ਜਦੋਂ ਫਸਟ ਫਸਟ ਟਾਈਮ ਕੀਤੀ ਸੀ ਉਦੋਂ ਤਾਂ ਬਹੁਤ ਡਰ ਲੱਗਦਾ ਸੀ। ਤੁਸੀਂ ਤਾਂ ਦਲੇਰ ਹੋ ਫਿਰ, ਡਿੱਗਿਆ ਤਾਂ ਨਹੀਂ ਹਜੇ ਘੋੜੀ ਤੋਂ? ਠੀਕ ਹੈ, ਜੇ ਡਿੱਗੇ ਕੋਈ ਚੱਕਰ ਤਾਂ ਨਹੀਂ ਡਰਦੇ ਤਾਂ ਨਹੀਂ? ਬਸ ਸਿਆਣੇ ਕਹਿੰਦੇ ਵੀ ਡਿੱਗ ਡਿੱਗੀ ਸਵਾਰ ਹੋਈਦਾ, ਪਿੱਛੇ ਨਾ ਹੋਰ ਅਜੇ ਪਿੱਛੇ, ਬਸ ਧਿਆਨ ਰੱਖਣਾ ਆਪਾਂ, ਪਿੱਛੇ ਕਿਸੇ ਨੇ ਵੀ ਨਹੀਂ ਹੋਣਾ ਘੋੜੀ ਦੇ। ਮੈਨੂੰ ਇੱਕ ਗੱਲ ਦੱਸੋ ਵੀ ਤੁਹਾਡੇ ਰੱਖੀ ਹੋਈ ਹੈ ਕਿਸੇ ਦੇ ਘੋੜੀ? ਨਾ ਸਰ। ਅੱਗੇ ਫਿਊਚਰ ਦੇ ਵਿੱਚ ਜਦੋਂ ਤੁਸੀਂ ਪੜ੍ਹਾਈ ਕਰ ਲਈ ਅੱਗੇ ਰੱਖੋਗੇ? ਲੈ ਵੀ ਅੱਜ ਦੇ ਹੈ ਨਾ ਮੁੰਡੇ, ਅੱਜ ਕੱਲ੍ਹ ਤੁਹਾਨੂੰ ਪਤਾ ਗਲਤ ਰਸਤੇ ਪੈ ਜਾਂਦੇ ਆ, ਅਤੇ ਮੈਨੂੰ ਇਹਨਾਂ 'ਤੇ ਪ੍ਰਾਊਡ ਫੀਲ ਆਏ, ਪੱਕਾ ਮੇਰੀ ਗੱਲ ਫੋਲੋ ਕਰਨਗੇ, ਪੱਕਾ ਰੱਖਣੀ ਆ ਘੋੜੀ, ਸੇਵਾ ਪੂਰੀ ਕਰਨੀ ਹੈ। ਅੱਜ ਸਾਰਿਆਂ ਨੂੰ ਤੁਹਾਨੂੰ ਬਲੌਗ ਦੇ ਵਿੱਚ ਲੈ ਲੈਣਾ, ਚੈਨਲ ਸਬਸਕ੍ਰਾਈਬ ਕਰ ਲਿਓ, ਕਿਤੇ ਇਕੱਲਾ ਬਲੌਗ ਦੇਖ ਕੇ ਸਾਰ ਦੋ। ਸਬਸਕ੍ਰਾਈਬ ਕੀਤਾ ਹੋਇਆ? ਆਪਣੇ ਸਟੰਟ ਦੇਖ ਦਿੰਦੇ ਹੋ? ਕਾਲੀ ਘੋੜੀ ਨੂੰ ਕੌਣ ਕੌਣ ਪਿਆਰ ਕਰਦਾ ਪਵਨ ਨੂੰ? ਠੀਕ ਆ, ਅਤੇ ਮਿੱਤਰੋ ਆਪਣੀ ਕਾਲੀ ਘੋੜੀ ਸੂਣ ਵਾਲੀ ਆ, ਅਤੇ ਉਹਦੇ 15-20 ਦਿਨ ਰਹਿ ਗਏ ਨੇ, ਉਸ ਤੋਂ ਬਾਅਦ ਸਾਰੇ ਬੱਚਿਆਂ ਨੂੰ ਲਿਆ ਕੇ ਆਪਾਂ ਸਟੰਟ ਵੀ ਦਿਖਾਵਾਂਗੇ। ਕੱਛੂ ਕੁੰਮੇ ਦੇਖਦੇ ਹੋ? ਕੱਛੂ ਕੁੰਮੇ ਵੀ ਆਪਾਂ ਹੈ ਨਾ ਟੋਟੋਏ ਸਾਰੇ ਆਪਾਂ ਲੈ ਕੇ ਆਵਾਂਗੇ, ਜਿੱਦਣ ਆਪਣੇ ਸਕੂਲ ਦੇ ਵਿੱਚ ਫੰਕਸ਼ਨ ਹੋਊਗਾ, ਅਤੇ ਆਪਾਂ ਘੋੜੀ ਵੀ ਲੈ ਕੇ ਆਉਣੀ ਆ ਪਾਵਣ, ਜੁਗਨੀ ਵੀ ਲੈ ਕੇ ਆਉਣੀ ਆ, ਅਤੇ ਤੁਹਾਨੂੰ ਸਾਰਿਆਂ ਨੂੰ ਦਿਖਾਵਾਂਗੇ, ਠੀਕ ਆ। ਬਰਾਊਨੀ ਦਾ ਫੈਨ ਆ ਤੂੰ? ਆ ਬਰਾਊਨੀ ਦਾ ਫੈਨ ਆ ਜੀ ਮੁੰਡਾ, ਅੱਜ ਆਪਾਂ ਬਰਾਊਨੀ ਲੈ ਕੇ ਨਹੀਂ ਆਏ, ਇਹਨਾਂ ਦੀਆਂ ਡਿਮਾਂਡਾਂ ਨੇ, ਤੇ ਬਾਲੀਆਂ ਵੱਡੀਆਂ ਨੇ, ਸਾਰੀਆਂ ਪੂਰੀਆਂ ਕਰਨੀਆਂ ਪੈਂਦੀਆਂ ਨੇ। ਤੇ ਇੱਧਰ ਸਾਰਾ ਆ ਗਏ ਹੈ ਨਾ ਜੀ, ਰਵਿੰਦਰ ਸਰ, ਤੇ ਸਰ ਸਤਿ ਸ਼੍ਰੀ ਅਕਾਲ ਜੀ, ਹੋਰ ਠੀਕ ਠਾਕ ਹੋ ਜੀ? ਬੱਚੇ ਬਹੁਤ ਖੁਸ਼ ਹੋਇਆ ਜੀ, ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਹੈ ਨਾ ਜੀ, ਫੁੱਲ ਇੰਜੋਏ ਕਰ ਰਹੇ ਨੇ। ਹਾਂ, ਤੇ ਜਦੋਂ ਸਰ ਆਪਾਂ ਪਹਿਲੀ ਵਾਰੀ ਰਾਈਡਿੰਗ ਕਰਾਈ ਉਦੋਂ ਤਾਂ ਬਾਹਲੀ ਡਰਦੇ ਸੀਗੇ? ਬਿਲਕੁਲ ਬਿਲਕੁਲ ਸਹੀ ਹੈ। ਤੇ ਬਾਕੀ ਦੋਸਤ ਕੰਫੀਡੈਂਸ ਹੀ ਬਹੁਤ ਆ ਗਿਆ। ਠੀਕ ਹੈ ਜੀ, ਤੇ ਬਾਕੀ ਦੋਸਤੋ ਮੈਂ ਤੁਹਾਨੂੰ ਦੱਸ ਦੇਣਾ ਵੀ ਇੱਥੇ ਆਪਾਂ ਘੋੜੀਆਂ ਲੈ ਕੇ ਆਏ ਆ, ਜਿਹੜੀ ਰਾਈਡਿੰਗ ਬੱਚਿਆਂ ਨੂੰ ਕਰਵਾਉਣ ਲੱਗੇ ਆ, ਸਰ ਦਾ ਬਹੁਤ ਵੱਡਾ ਸਹਿਯੋਗ ਹੈ ਜੀ, ਮੈਂ ਸ਼ੁਕਰੀਆ ਕਰਦਾ। ਤੇ ਸਰ ਤੁਹਾਨੂੰ ਮਤਲਬ ਕੀ ਮਨ ਦੇ ਵਿੱਚ ਆਇਆ ਹੈ ਨਾ, ਆਪਾਂ ਆਪਣੇ ਬੱਚਿਆਂ ਨੂੰ ਸਕੂਲ ਦੇ ਵਿੱਚ ਹੋਰ ਗੇਮਾਂ ਤਾਂ ਬਹੁਤ ਨੇ, ਲਾ ਲਓ ਤੁਸੀਂ ਵੀ ਆਪਾਂ ਹਾਰਸ ਰਾਈਡਿੰਗ ਹੀ ਸਿਖਾਉਣੀ ਆ? ਮੈਂ ਨਾ ਖੁਦ ਆਰਮੀ 'ਚ 18 ਸਾਲ ਜੋਬ ਕਰਕੇ ਆਇਆ ਹੋਇਆ ਜੀ, ਤੇ ਸਾਡੇ ਆਰਮੀ 'ਚ ਹਾਰਸ ਰਾਈਡਿੰਗ ਦਾ ਬਹੁਤ ਜ਼ਿਆਦਾ ਕਰੇਜ਼ ਹੁੰਦਾ ਜੀ, ਤੇ ਉਹ ਕਰੇਜ਼ ਮੇਰੇ ਮਨ 'ਚ ਕਾਫੀ ਟਾਈਮ ਤੋਂ ਸੀ, ਤਾਂ ਮੈਂ ਆ ਕੇ ਆਪਣੇ ਚੇਅਰਮੈਨ ਸਰ ਨਾਲ ਗੱਲ ਕੀਤੀ, ਪ੍ਰਿੰਸੀਪਲ ਮੈਮ ਨਾਲ ਗੱਲ ਕੀਤੀ,
ਤੇ ਉਹਨਾਂ ਨੇ ਫਸਟ ਵਾਰੀ ਜਾਂਦਿਆਂ ਹੀ ਮੈਨੂੰ ਮੇਰੀ ਗੱਲ ਨੂੰ ਨਾਲ ਦੀ ਨਾਲ ਹਾਂ ਕਰਤੀ ਤੇ ਕਹਿੰਦੇ ਨੇ ਵੀ ਹਾਰਸ ਰਾਈਡਿੰਗ ਸ਼ੁਰੂ ਕਰਾਓ। ਔਰ ਹਾਰਸ ਰਾਈਡਿੰਗ ਦਾ ਰਿਸਪੌਂਸ ਵੀ ਇੰਨਾ ਵਧੀਆ ਮਿਲਿਆ ਕਿ ਕਾਫੀ ਬੱਚਿਆਂ ਨੇ ਇੰਟਰਸਟ ਲਿਆ। ਹਾਂਜੀ, ਤੇ ਇਹ ਚੀਜ਼ ਤੋਂ ਬੱਚਿਆਂ ਨੂੰ ਮੈਂਟਲੀ ਵੀ ਸਟਰੋਂਗ ਹੁੰਦੇ ਨੇ, ਫਿਜ਼ੀਕਲ ਵੀ ਸਟਰੋਂਗ ਹੁੰਦੇ ਨੇ ਹਾਰਸ ਰਾਈਡਿੰਗ ਨਾਲ, ਇਹਦੇ ਬਹੁਤ ਜ਼ਿਆਦਾ ਬੈਨੀਫਿਟ। ਠੀਕ ਹੈ ਸਰ, ਤੇ ਉੱਥੇ ਆਰਮੀ ਦੇ ਵਿੱਚ ਯਾਨੀ ਕਿ ਤੁਸੀਂ ਰਾਈਡਿੰਗ ਕਰਦੇ ਸੀਗੇ? ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਸਾਡੀ 61 ਆਰਮਡ ਯੂਨਿਟ ਹੈ, ਸਿਰਫ ਓਨਲੀ ਹਾਰਸ ਦਾ ਹੀ ਹੁੰਦਾ ਉੱਥੇ ਹੈ ਜੀ। ਹਰ ਸਾਲ 15 ਅਗਸਤ ਨੂੰ 26 ਜਨਵਰੀ ਨੂੰ ਸਾਡਾ ਮਾਰਚ ਪਾਸ ਹੁੰਦਾ ਉੱਥੇ ਜੀ। ਇਹਦੇ ਬਾਰੇ ਸਾਨੂੰ ਸਾਰਾ ਕੁਝ ਪਤਾ ਵੀ ਹੈ, ਇਸ ਚੀਜ਼ ਨਾਲ ਕਾਫੀ ਟਾਈਮ ਤੋਂ ਅਸੀਂ ਟੱਚ 'ਚ ਰਹੇ ਹੋਏ। ਹਾਂਜੀ, ਤੇ ਬਾਕੀ ਸਰ ਜਿਵੇਂ ਆਪਾਂ ਦੇਖਦੇ ਹਾਂ ਬਾਹਰ ਤਾਂ ਹਨਾ, ਲਾ ਲਓ ਤੁਸੀਂ 15 ਅਗਸਤ ਨੂੰ ਘੋੜੀਆਂ ਲਾਉਂਦੇ, ਆਪਣੇ ਸਕੂਲ ਦੇ ਵਿੱਚ ਆਪਾਂ ਪਹਿਲੀ ਵਾਰੀ ਘੋੜੀਆਂ ਉਰੇ ਲਾਈਆਂ ਨੇ ਹਨਾ ਜੀ, ਤੇ ਕੀ ਕਹਿਣਾ ਚਾਹੋਗੇ ਤੁਸੀਂ ਜੀ ਇਸ ਚੀਜ਼ ਨੂੰ ਵੀ ਬੱਚੇ ਦੇਖ ਕੇ? ਇਸ ਚੀਜ਼ ਬਾਰੇ ਬਹੁਤ ਜ਼ਿਆਦਾ, ਇੱਕ ਤਾਂ ਤੁਹਾਡੇ ਵਰਗਾ ਕੋਚ ਮਿਲਿਆ ਸਾਨੂੰ, ਸਭ ਤੋਂ ਵੱਡੀ ਗੱਲ ਤਾਂ ਉਹ ਹੀ ਹੈ। ਸ਼ੁਕਰੀਆ। ਠੀਕ ਹੈ ਜੀ, ਉਹਦੇ ਕਰਕੇ ਕੀ ਹੈ ਵੀ ਇੱਕ ਆਂਦੇ ਨੇ ਕੋਚ ਗੁਰੂ ਵਧੀਆ ਹੋਣਾ ਚਾਹੀਦਾ, ਜੇ ਗੁਰੂ ਵਧੀਆ ਤਾਂ ਹੀ ਆਪਣੇ ਚੇਲੇ ਤਿਆਰ ਵਧੀਆ ਹੋਣਗੇ, ਤੇ ਉਹਦਾ ਜੋ ਵੀ ਹੈ ਕ੍ਰੈਡਿਟ ਉਹ ਤੁਹਾਨੂੰ ਜਾਂਦਾ ਸਭ ਤੋਂ ਜ਼ਿਆਦਾ, ਕਿਉਂ ਜੇ ਤੁਸੀਂ ਵਧੀਆ ਕੀਤਾ ਹੈ, ਬੱਚਿਆਂ ਨੂੰ ਸਿਖਾਇਆ ਤਾਂ ਬੱਚਿਆਂ ਨੇ ਇੰਟਰਸਟ ਲਿਆ ਜੀ। ਸਰ ਬੱਚਿਆਂ ਦੀ ਗਿਣਤੀ ਵੀ ਅੱਗੇ ਤੋਂ ਅੱਗੇ ਹਨਾ ਬਹੁਤ ਅੱਪ ਹੋ ਰਹੀ ਹੈ, ਰੈਗੂਲਰ ਵੱਧ ਰਹੀ ਹੈ ਜੀ। ਬੱਚੇ ਅੱਜ ਵੀ ਨਵੇਂ ਬਹੁਤ ਜ਼ਿਆਦਾ ਜੁਆਇਨਿੰਗ ਕਰ ਲਈ ਮੇਰੇ ਮਗਰ ਖੜੇ ਹੋਏ ਨੇ, ਕਹਿ ਰਹੇ ਨੇ ਕਿ ਹਾਂਜੀ ਸਰ ਸਾਡਾ ਨਾਮ ਲਿਖੋ, ਸਾਡਾ ਨਾਮ ਲਿਖੋ। ਠੀਕ ਹੈ ਜੀ, ਇਹ ਹਾਰਸ ਰਾਈਡਿੰਗ ਦਾ ਤਾਂ ਹੁਣ ਇਹ ਪਰਮਾਨੈਂਟ ਹੀ ਹੋ ਗਿਆ ਹੈ, ਸਕੂਲ ਦੇ ਵਿੱਚ ਚੱਲਦਾ ਹੀ ਰਹੂਗਾ ਜਦ ਤੱਕ ਮੈਂ ਇਹ ਸਕੂਲ ਦੇ ਵਿੱਚ। ਤੇ ਆਪਣੇ ਸਕੂਲ ਦੀ ਲੋਕੇਸ਼ਨ ਦੱਸਿਓ ਜੀ। ਸਕੂਲ ਦੀ ਆਪਣੀ ਲੋਕੇਸ਼ਨ ਹੈ ਜੀ SRS ਵਿਦਿਆਪੀਠ ਸਕੂਲ ਹੈ ਜੀ, ਆਪਣਾ ਸਮਾਣੇ ਤੋਂ ਜਦੋਂ ਪਟਿਆਲੇ ਨੂੰ ਜਾਂਦੇ ਆ ਲਾਲਗੜ੍ਹ ਪਿੰਡ ਪੈਂਦਾ, ਲਾਲਗੜ੍ਹ ਦੇ ਵਿੱਚ ਪੈਂਦਾ ਇਹ ਸਕੂਲ ਜੀ SRS ਵਿਦਿਆਪੀਠ ਜੀ। ਠੀਕ ਹੈ ਸਰ, ਤੇ ਬੱਚਿਆਂ ਦੀ ਡਿਮਾਂਡ ਬਹੁਤ ਆ ਵੀ ਅੱਜ ਬਰੌਨੀ ਨਹੀਂ ਲੈ ਕੇ ਆਏ, ਅੱਜ ਹਨਾ ਸੁਲਤਾਨ ਨਹੀਂ ਲੈ ਕੇ ਆਏ, ਇਹਨਾਂ ਨੂੰ ਤਾਂ ਚਾਹੇ 50 ਘੋੜੀਆਂ ਲਿਆ ਦੋ, ਇਹ ਨਹੀਂ ਦੱਬਦੇ। ਬਿਲਕੁਲ ਜੀ ਬਿਲਕੁਲ, ਇਹਨਾਂ ਨੂੰ ਕਰੇਜ਼ ਹੀ ਬਹੁਤ ਹੈ ਜੀ, ਬੱਚਿਆਂ ਨੂੰ ਤੁਸੀਂ ਨਾਮ ਪੁੱਛ ਲਓ ਇਕੱਲੀ ਇਕੱਲੀ ਘੋੜੀ ਦਾ। ਬਾਕੀ ਸਰ ਮੈਂ ਇਹਨਾਂ ਨੂੰ ਇਹ ਗੱਲ ਕਹਿਤੀ ਵੀ ਤੁਸੀਂ ਵਧੀਆ ਰਾਈਡਿੰਗ ਕਰੋਗੇ, ਆਪਾਂ ਜੰਪਿੰਗ ਕਰਾਂਗੇ ਅੱਗੇ ਸਪੋਰਟਸ ਵਿੱਚ ਲੈ ਕੇ ਜਾਵਾਂਗੇ, ਤੇ ਦੂਜੀ ਗੱਲ ਹਨਾ ਜੀ ਆਪਾਂ ਨੇ ਇਹਨਾਂ ਨੂੰ ਇਹ ਗੱਲ ਕਹਿਤੀ ਵੀ ਆਪਾਂ ਘੋੜੀਆਂ ਹੋਰ ਵੀ ਵਧਾ ਲਾਂਗੇ, ਮੈਨੂੰ ਕੋਈ ਚੱਕਰ ਨਹੀਂ, ਤੁਸੀਂ ਕਰਨ ਵਾਲੇ ਰਾਈਡਿੰਗ ਬਣੋ। ਬਿਲਕੁਲ ਜੀ ਬਿਲਕੁਲ, ਬੱਚੇ ਆਪਣੇ ਬਿਲਕੁਲ ਰੈਡੀ ਨੇ, ਜੋਸ਼ ਦੇਖੋ ਤੁਸੀਂ ਬੱਚਿਆਂ ਨੂੰ, ਤੁਸੀਂ ਇੱਕ ਆਵਾਜ਼ ਮਾਰਨ ਦੀ ਦੇਰ ਹੈ ਹਾਰਸ ਰਾਈਡਿੰਗ ਵਾਲੇ, ਇੱਕ ਸਕਿੰਟ ਦੇ ਵਿੱਚ ਲੈ ਆਪਾਂ ਹੁਣੇ ਚੈੱਕ ਕਰ ਲੈਂਦੇ ਹਾਂ, ਸਾਰੇ ਜਾਣੇ ਰਾਈਡਿੰਗ ਕਰੋਗੇ? ਲੈ ਜੀ ਮਿੱਤਰੋ, ਚਲੋ ਆਪਾਂ ਕਰਦੇ ਹੁਣ, ਸਾਰੇ ਜਾਣੇ ਬੈਠੋ ਪੂਰਾ, ਠੀਕ ਹੈ? ਤੇ ਸਰ ਮਿੱਤਰੋ ਡਿਸਿਪਲਿਨ ਦੇ ਵਿੱਚ ਸਾਰੇ ਬੱਚਿਆਂ ਨੂੰ ਪੂਰਾ ਉਹ ਰੱਖਦੇ ਆ, ਤੇ ਜਿਵੇਂ ਇਹਨਾਂ ਦੇ ਗਰੁੱਪ ਬਣਾਏ ਹੋਏ ਆ ਸਾਰਿਆਂ ਦੇ ਹਨਾ, ਤਿੰਨ ਤਿੰਨ ਆਪਾਂ ਤਿੰਨ ਘੋੜੀਆਂ ਲੈ ਕੇ ਆਉਣੇ ਹੁੰਦੇ, ਇੱਕ ਬਰਾਊਨੀ ਅੱਜ ਆਪਣੀ ਜਿਹੜੀ ਛੋਟੀ ਪੋਨੀ ਬਰੀਡ ਦੇ ਉਹ ਲੈ ਕੇ ਨਹੀਂ ਆਏ, ਜਿਵੇਂ ਲਾ ਲਓ ਤੁਸੀਂ ਇਹਨਾਂ ਦੇ ਤਿੰਨ ਤਿੰਨ ਗਰੁੱਪ ਬਣ ਜਾਂਦੇ ਆ। ਇਹ ਨਹੀਂ ਹੈਗਾ ਵੀ ਕੋਈ ਬੱਚਾ ਇੱਦਾਂ ਤੰਗ ਕਰਦਾ ਵੀ ਸਰ ਮੈਂ ਬੈਠੂ ਮੈਂ ਬੈਠੂ, ਜਿਨ੍ਹਾਂ ਦਾ ਗਰੁੱਪ ਵਾਈਜ਼ ਆਊਗਾ, ਸਾਰੇ ਬੱਚੇ ਸਿਆਣੇ ਬਹੁਤ ਆ ਜਿਹੜੀ ਗੱਲ ਆ। ਅਤੇ ਬਾਕੀ ਇੱਧਰ ਠੀਕ ਹੈ ਨਾ, ਸਾਰੇ ਇੱਧਰ ਭੈਣ ਹੋਣੇ ਖੜ੍ਹੇ ਨੇ, ਇਹ ਵੀ ਬਹੁਤ ਜਾਣੀ ਕਿ ਰਾਈਡਿੰਗ ਦੇ ਸ਼ੌਕੀਨ ਨੇ, ਅਤੇ ਇਹ ਨਹੀਂ ਹੈਗਾ ਵੀ ਇਕੱਲੇ ਮੁੰਡੇ ਰਾਈਡਿੰਗ ਕਰ ਸਕਦੇ ਨੇ, ਕੁੜੀਆਂ ਵੀ ਬਹੁਤ ਰਾਈਡਿੰਗ ਕਰਦੀਆਂ ਨੇ। ਹਾਏ ਉਹ ਮਰ ਗਿਆ, ਜਿੱਦਾਂ ਗਰਮੀ ਬਹੁਤ ਜ਼ਿਆਦਾ ਪੈ ਗਈ ਹਨਾ, ਬਹੁਤ ਜ਼ਿਆਦਾ ਗਰਮੀ, ਗਰਮੀ ਇੱਕੋ ਲਗਤ 'ਚ ਪੈ ਗਈ। ਇੰਨਾ ਸੋਹਣਾ ਮੌਸਮ ਸੀਗਾ ਪਹਿਲਾਂ, ਬੜਾ ਆਨੰਦ ਆਉਣਾ ਸੀ ਅੱਜ ਤਾਂ ਰਾਈਡਿੰਗ ਦਾ, ਗਰਮੀ ਬਹੁਤ ਜ਼ਿਆਦਾ ਇੱਕੋ ਲਗਤ ਗਿਰ ਗਈ, ਪਸੀਨਾ ਸਾਫ਼ ਕਰਦੇ ਹਾਂ ਨਾਲ ਦੀ ਨਾਲ ਹੋਰ ਆ ਜਾਂਦਾ, ਹੋਰ ਰੱਬ ਬਦਲਾ ਲੈ ਰਿਹਾ ਕੋਈ ਪੁਰਾਣੇ ਜਨਮ ਦਾ ਹਨਾ ਆਪਣੇ, ਬਾਹ ਹੀ ਰਹਿ ਗਏ ਵੀਰੇ 15-20 ਦਿਨ ਹਨਾ, 15-20 ਦਿਨਾਂ ਤੋਂ ਬਾਅਦ ਬਹੁਤ ਸੋਹਣਾ ਮੌਸਮ ਹੋ ਜਾਣਾ। ਰੇਨ ਸਹੀ ਫੜੋ, ਲਓ ਜੀ ਮਿੱਤਰੋ ਰਾਈਡਿੰਗ ਕਰਨ ਦੇ ਸਮੇਂ ਹੈਲਮਟ ਵੀ ਜ਼ਰੂਰੀ ਆ ਹਨਾ, ਨਵੇਂ ਬੱਚੇ ਰਾਈਡਿੰਗ ਕਰਦੇ ਆ, ਇਹਨਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਰਾਜੀ ਤੁਹਾਡਾ ਕੀ ਨਾਮ ਆ? ਹਰਸੁਖਪ੍ਰੀਤ। ਤੇ ਕਿਹੜੀ ਕਲਾਸ 'ਚੋਂ? 5th ਮੋਡਲ। ਠੀਕ ਹੈ, ਵਧੀਆ ਲੱਗਦਾ ਰਾਈਡਿੰਗ ਕਰਕੇ? ਚਲੋ ਫਿਰ ਘਰ ਆ ਕੇ ਮੰਮਾ ਪਾਪਾ ਨੂੰ ਦੱਸਦਾ ਹੁੰਦਾ, ਅਤੇ ਖੁਸ਼ ਹੁੰਦੇ ਆ ਫਿਰ, ਕੀ ਕਹਿੰਦੇ ਹੁੰਦੇ ਆ? ਅੱਛਾ,
ਤੇ ਬਾਕੀ ਇੱਧਰ ਤੁਸੀਂ ਦੇਖੋ ਜੀ ਕਿੰਨੇ ਗਰੁੱਪ ਹੋ ਗਏ ਵੀਰ ਜੀ ਸਾਰੇ ਗਰੁੱਪ ਹੋ ਗਏ ਵੀਰੇ 10 ਗਰੁੱਪ ਹੋ ਗਏ ਹਲੇ ਬਾਕੀ ਬੱਚੇ ਦੇ ਨਾਂ ਨਹੀਂ ਲਿਖੇ ਹਲੇ ਓਕੇ 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 ਤੇ ਬਾਕੀ ਹਜੇ ਨਾਮ ਲਿਖ ਦੇਖੋ ਲਾੜੋ ਅੱਜ ਦੋ ਦੋ ਗਰੁੱਪਾਂ ਠੀਕ ਹੈ ਠੀਕ ਹੈ ਅੱਜ ਯਾਨੀ ਕਿ ਆਪਾਂ ਸਾਰਿਆਂ ਦਾ ਦੁਬਾਰਾ ਨਾਮ ਲਿਖਿਆ ਹਾਂ ਹਾਂ ਹਰ ਰੋਜ਼ ਆਪਾਂ ਡੇਲੀ ਲਿਸਟ ਨਵੀਂ ਬਣਾਉਂਦੇ ਆ ਅੱਛਾ ਤੇ ਦੇਖੋ ਜੀ ਪੂਰਾ ਉਹਦੇ ਨਾਲ ਹਨਾ ਬੱਚਿਆਂ ਨੂੰ ਟਾਈਮ ਆਪਾਂ ਖੁੱਲਾ ਦਿੰਨੇ ਉਰੇ ਤੇ ਦੋ ਦੋ ਤਿੰਨ ਤਿੰਨ ਰਾਉਂਡ ਇਹਨਾਂ ਦੇ ਲਵਾ ਦਿੰਨੇ ਹੁੰਨੇ ਆ ਸਾਡੇ ਘੈਂਟ ਭਰਾ ਆਕਾਸ਼ ਦੀ ਵੀਰਾ ਇਹ ਵੀ ਸਾਡੀ ਬਹੁਤ ਹੈਲਪ ਕਰਾਉਂਦਾ ਜੀ ਦੇ ਨਹੀਂ ਦੇ ਸਕਦੇ ਅਸੀਂ ਤੇਰਾ ਇੰਨੀ ਗਰਮੀ 'ਚ ਪਿੰਡ ਕਿਹੜਾ ਵੀਰੇ ਆਪਣਾ ਆਪਣਾ ਵੀਰੇ ਵੜਾਚਾਂ ਪੱਤੀ ਸਮਾਨ ਠੀਕ ਹੈ ਬੱਚਿਆਂ ਨੂੰ ਰੇਨ ਫੜਨ ਦਾ ਤਰੀਕਾ ਅਤੇ ਕਿਵੇਂ ਘੋੜੀ ਰੋਕਣੀਆਂ ਤੋਰਨੀਆਂ ਸਾਰਾ ਜਾਣੀ ਕਿ ਹਜੇ ਪਤਾ ਲੱਗਿਆ ਅਤੇ ਆਪਾਂ ਇੱਕ ਮਹੀਨੇ ਦੇ ਵਿੱਚ ਤਿੰਨ ਸਕੂਲਾਂ ਦੇ ਵਿੱਚ ਜਾਂਦੇ ਹੁੰਦੇ ਹਾਂ ਇੱਕ ਰੱਖੜੇ ਕੈਰੀਅਰ ਡਿਫੈਂਸ ਸਕੂਲ ਹੋ ਗਿਆ ਜੀ ਜਿੱਥੋਂ ਆਪਾਂ ਸਟਾਰਟਿੰਗ ਕੀਤੀ ਸੀਗੀ ਅਤੇ ਬਾਕੀ ਦੂਜਾ ਸਕੂਲ SRS ਤੀਜਾ ਸਕੂਲ ਮੈਲਸਟੋਨ ਉਹ ਪਟਿਆਲੇ ਉੱਥੇ ਸੋਮਵਾਰ ਨੂੰ ਜਾਂਦੇ ਹੁੰਦੇ ਹਾਂ ਅਤੇ ਦੋ ਦਿਨ ਹਫ਼ਤੇ ਦੇ ਇੱਥੇ ਦੋ ਦਿਨ ਕੈਰੀਅਰ 'ਚ ਅਤੇ ਬਾਕੀ ਕਲੱਬਾਂ ਦੇ ਵਿੱਚ ਤਾਂ ਮਿੱਤਰੋ ਹਾਰਸ ਰਾਈਡਿੰਗ ਵਾਸਤੇ ਥਾਰੂ ਬਰੀਡ ਯੂਜ਼ ਕਰੀ ਜਾਂਦੀ ਆ ਅਤੇ ਆਪਾਂ ਕਰਦੇ ਹਾਂ ਮਾਰਵਾੜੀ ਦੇਸੀ ਘੋੜੀਆਂ ਇਹ ਚੰਬੀ ਘੋੜੀ ਅਤੇ ਉਹ ਮਾਰਵਾੜੀ ਪਿਓਰ ਅਤੇ ਬਾਕੀ ਆਪਾਂ ਘੋੜੀਆਂ ਉਹ ਯੂਜ਼ ਕਰਦੇ ਹਾਂ ਵੀ ਜਿਹੜੀਆਂ ਜਮ੍ਹਾਂ ਠੰਡੇ ਸੁਭਾਅ ਦੀਆਂ ਨੇ ਜੇ ਬੱਚਾ ਰਾਈਡ ਕਰੂਗਾ ਤਾਂ ਉਹਨਾਂ ਨੇ ਉਹ ਹਿਸਾਬ ਨਾਲ ਤੁਰਨਾ ਜੇ ਕੋਈ ਵੱਡਾ ਰਾਈਡ ਕਰੂਗਾ ਤਾਂ ਉਹਨਾਂ ਨੇ ਉਹ ਹਿਸਾਬ ਨਾਲ ਰਾਈਡ ਕਰਵਾਉਣੀਆਂ ਪੂਰੀਆਂ ਸਮਝਦਾਰ ਘੋੜੀਆਂ ਨੇ ਪੜ੍ਹੀਆਂ ਲਿਖੀਆਂ ਨੇ ਇਹ ਮੁੰਡੇ ਦਾ ਨਾਮ ਆ ਜੀ ਫਤਿਹ ਪਿਆਰ ਨਾਲ ਇਹਨੂੰ ਸਾਰੇ ਭੰਬੀਰੀ ਕਹਿੰਦੇ ਆ ਤੇਜ਼ ਵਾਲੀ ਆ ਇੱਕ ਤਾਂ ਇਹ ਅਤੇ ਇਹ ਕਹਿੰਦਾ ਵੀ ਘੋੜੀ ਛੱਡ ਦਿਉ ਮੈਂ ਇਕੱਲੇ ਨੇ ਰਾਈਡ ਕਰਨੀ ਆ ਇਕੱਲਾ ਕਰੇਂਗਾ ਫਿਰ ਅੱਜ ਰਾਈਡਿੰਗ ਖੋਲੋ ਜੀ ਫਿਰ ਖੋਲੋ ਅੱਜ ਇਹਦਾ ਐਕਸਪੀਰੀਅੰਸ ਆਪਾਂ ਦੇਖ ਹੀ ਲੈਂਦੇ ਹਾਂ ਆ ਦੇ ਦੇਖੋ ਦੇਖੋ ਡਾਂਗ ਪਹਿਲੀ ਚੱਕ ਕੇ ਲਿਆ ਲੁਕੋ ਕੇ ਇਹ ਕਾਹਦੇ ਵਾਸਤੇ ਇਹਨੇ ਤਾਂ ਆਪੇ ਤੁਰ ਪੈਣਾ ਚੱਲ ਐਨ ਧਿਆਨ ਨਾਲ ਹੌਲੀ ਐਂ ਤਾਂ ਦਲੇਰ ਆ ਮੁੰਡਾ ਚਲਾ ਲੈਂਦਾ ਲੋ ਵਿੱਚ ਕਾਫੀ ਬੱਚੇ ਇਕੱਲੀ ਘੋੜੀ ਨੂੰ ਤੋਰਨ ਦੀ ਮੰਗ ਕਰਦੇ ਆ ਜਿਵੇਂ ਆਹ ਬਾਈ ਨੇ ਕਹਿੰਦਾ ਹਨਾ ਵੀ ਮੈਂ ਇਕੱਲੀ ਰਾਈਡ ਕਰਨੀ ਆ ਤੇ ਬਹੁਤ ਵਧੀਆ ਲੱਗਦਾ ਜੀ ਮੈਨੂੰ ਵੀ ਬੱਚੇ ਹਾਂ ਆਪ ਹਾਮੀ ਭਰਦੇ ਆ ਚੱਲ ਪੈਰੀ ਚੱਲ ਆ ਪੈਰ ਪਾਲੋ ਜੀ ਤੁਸੀਂ ਰਕਾਬ ਦੇ ਵਿੱਚ ਰੁਕੋ 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 ਲਓ ਜੀ ਆ ਗਈ ਚਾਹ ਮਿੱਤਰੋ ਇਹਦਾ ਤੋੜ ਲੱਗ ਜਾਂਦਾ ਹੁੰਦਾ ਸਾਨੂੰ ਬਸ ਸਾਨੂੰ ਬੈਲ ਕੱਲਾ ਚਾਹਦੀ ਆ ਹੋਰ ਅਸੀਂ ਮੁੰਡੇ ਸ਼ਰੀਫ ਹਾਂ ਪੂਰੇ SRS ਬੈਠ ਬੈਠ ਹੁਣ ਪਹਿਲਾਂ ਪੈਰ ਪਾਉਂਦੇ ਹੁੰਦੇ ਨੇ ਲੈਫਟ ਪੈਰ ਰਕਾਬ 'ਚ ਲੈ ਬਈ ਕੰਮ ਕਸੂਤਾ ਅੜ ਗਿਆ ਇੱਕ ਤਾਂ ਵੇਟ ਬਾਹਲਾ ਹੈਵੀ ਲਈ ਫਿਰਦਾ ਕੀ ਨਾਮ ਹੈ ਤੇਰਾ ਠੀਕ ਆ ਜਦੋਂ ਹੁਣ ਡੇਲੀ ਰਾਈਡਿੰਗ ਕਰਿਆ ਕਰੇਗਾ ਵੇਟ ਆਪੇ ਘੱਟ ਜੂ ਠੀਕ ਆ ਕਰਿਆ ਕਰੇਗਾ ਚਲੋ ਬਸ ਥੋੜ੍ਹੇ ਜਿਹੇ ਬੱਚੇ ਰਹਿ ਗਏ ਜੀ ਅਤੇ ਰਾਈਡਿੰਗ ਬਸ ਸਮਾਪਤ ਹੋਣ ਵਾਲੀ ਆ ਲੋ ਇੱਧਰ ਖੇਡ ਰਹੇ ਨੇ ਮੁੰਡੇ ਵਾਲੀਬਾਲ ਲੈ ਵੀ ਦੋਸਤੋ ਹੁਣ ਚਾੜਦੇ ਹਾਂ ਆਪਾਂ ਟਰਾਲੀ ਦੇ ਵਿੱਚ ਘੋੜੀਆਂ ਰਾਣੀ ਨੂੰ ਚਾੜ ਲਿਆ ਜੀ ਇਹਦੇ ਪੈਡੂ ਲਾ ਦਿੰਦੇ ਹੁੰਦੇ ਹਾਂ ਵੀ ਦੂਜੀ ਘੋੜੀ ਨਾਲ ਲੜੇ ਨਾ ਕਿਉਂਕਿ ਜਦੋਂ ਆਪਾਂ ਨਵੀਆਂ ਘੋੜੀਆਂ ਲੈ ਕੇ ਆਉਂਦੇ ਹਾਂ ਇੱਕ ਦੂਜੀ ਨਾਲ ਬਾਹਲਾ ਬੈਰ ਜਿਹਾ ਪਾ ਲੈਂਦੀਆਂ ਨੇ ਸੋ ਇਹਨਾਂ ਨੂੰ ਵੀ ਫਰੈਂਡਲੀ ਹੋਣ ਨੂੰ ਥੋੜ੍ਹਾ ਟਾਈਮ ਲੱਗਦਾ ਲਓ ਜੀ ਘਰੇ ਪਹੁੰਚ ਗਏ ਆਪਾਂ ਅਤੇ ਇਹ ਆਪਾਂ ਸਟੈਂਡ ਘਰੇ ਲਾ ਲਿਆ ਇਹ ਨਾ ਉਰੋ ਟੁੱਟ ਗਿਆ ਸੀਗਾ ਤਾਂ ਕਰਕੇ ਆਪਾਂ ਇਹਨੂੰ ਘਰੇ ਛੱਡ ਗਏ ਸੀ ਤਾਰ ਲੈਂਦੇ ਆਪਾਂ ਇਹਦੀ ਰਿਪੇਅਰ ਕਰਾ ਲਾਂਗੇ ਇੱਧਰ ਆ ਗਈ ਆਪਣੀ ਪਵਨ ਅਤੇ ਜੁਗਨੀ ਪਵਨ ਦੇ ਮਿੱਤਰ ਰਹਿ ਗਏ 15 ਕੁ ਦਿਨ ਸੌਣ ਵਾਲੇ ਦੇਖੋ ਦੁੱਧ ਤਾਰੀ ਜਾਂਦੀ ਆ ਬਹੁਤ ਟਾਈਮ ਹੋ ਗਿਆ ਇਹਨਾਂ ਦੀ ਵੀ ਵੀਡੀਓ ਬਣੀ ਨਹੀਂ ਸੀਗੀ ਕਮਰੇ ਦੀ ਸਫਾਈ ਵੀ ਕਰ ਦਾਂਗੇ ਅੱਜ ਸ਼ਾਮ ਨੂੰ ਅਤੇ ਆਹ ਦੇਖੋ ਬੱਚੇ ਕਿੱਡੇ ਸੋਹਣੇ ਨਿੱਕੇ ਨਿੱਕੇ ਜਿਹੇ ਕੱਢ ਰੱਖੇ ਆ
ਇਹ ਸਾਰੀ ਆਪਣੇ ਕੋਲ ਨੀਲੇ ਬਾਬਰੇ ਵੱਡੇ ਕਬੂਤਰ ਆ ਜੀ, ਕੋਈ ਮਰੇਲਕੋਟਲੇ ਤੋਂ, ਕੋਈ ਸਮਾਣੇ ਤੋਂ, ਨਾਭੇ ਤੋਂ, ਇੱਦਾਂ ਇੱਕ ਇੱਕ ਪੀਸ ਇਕੱਲਾ ਇਕੱਠਾ ਕਰਿਆ ਆਪਾਂ ਨੇ। ਅਤੇ ਆਹ ਦੇਖੋ ਆਹ ਨਿੱਕੇ ਨਿੱਕੇ ਬੱਚੇ, ਆਹ ਬੱਚਾ ਬੈਠਾ ਇੱਧਰ, ਦੋ ਬੱਚੇ ਆਹ ਬੈਠੇ ਆ। ਇਹ ਆ ਗਏ ਆਪਣੇ ਅੜਾਈ ਵਾਲੇ ਕਬੂਤਰ। ਸੋ ਨੀਚੋਂ ਸਾਰੇ ਬੱਚੇ ਕਢਵਾ ਕੇ ਉੱਤੇ ਲਾ ਦੇਣੇ ਹੁੰਦੇ ਆ। ਇਹ ਜਿੰਨੇ ਵੀ ਤੁਹਾਨੂੰ ਇਹ ਖੁੱਡੇ ਦੇ ਵਿੱਚ ਦੇਖਣ ਨੂੰ ਮਿਲਣਗੇ, ਇਹ ਸਾਰੇ ਬੱਚੇ ਆ। ਅਤੇ ਅੱਗੇ ਸਿਆਲ ਦੇ ਵਿੱਚ ਇਹਨਾਂ ਨੂੰ ਆਪਾਂ ਵਧੀਆ ਤਿਆਰ ਕਰ ਦੇਣਾ। ਦੇਖੋ ਹੁਣ ਪੱਤਝੜ ਦੀ ਜਿਵੇਂ ਪੈ ਜਾਂਦੀ ਹੁੰਦੀ, ਇਹਨਾਂ ਦੇ ਵੀ ਬਾਲ ਬੂਲ ਜੇ ਉੱਤਰ ਰਹੇ ਆ। ਚਲੋ ਹੁਣ ਉਡਾਉਣ ਦਿਓ ਮੈਨੂੰ ਕਬੂਤਰ, ਅਤੇ ਮਿਲਦੇ ਆਪਾਂ ਅਗਲੇ ਬਲੌਗ ਦੇ ਵਿੱਚ। ਆ ਨਿਕੜਿਆ ਦੇਖੋ। ਅਤੇ ਸਕੂਲ ਵਾਲਿਓ ਤੁਸੀਂ ਵੀ ਕਰ ਦਿਓ ਬਲੌਗ ਸ਼ੇਅਰ, ਅਤੇ ਬਾਕੀ ਜਿਹੜੇ ਸੱਜਣ ਮਿੱਤਰ ਬਲੌਗ ਦੇਖਦੇ ਆ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਜੀ ਅਗਲੇ ਬਲੌਗ ਦੇ ਵਿੱਚ। ਚੰਗਾ ਜੀ, ਰੱਬ ਰਾਖਾ।